बसमिल्लाहमान राहीम असलामैकम काश्तकार देख रहे हो मेरा यूट्यूब चैनल और मैम मुहम्मद नजीफ लिया अजिशाला उतारा असी अपना हाईब्रैड मक्की किड़ी के हवाले न गल करा काफ़ी दोस्तों की रिक्वेस्ट आयोक बहुत ज़्यादा सा मक्की काश्तकार ने यह चीज़ तू बहुत गाफल आ ਕਾਫੀ ਦੋਸਤਾਂ ਦੀ ਰਿਕੁਐਸਟ ਉੱਤੇ ਆ ਕਿ ਮੱਕੀ ਨੂੰ ਪਹਿਲਾ ਸਪਰੇ ਕਿਹੜਾ ਕਰਨਾ ਚਾਹੀਦਾ ਵਾ ਸਭ ਤੋਂ ਬਿਹਤਰ ਕਿਉਂਕਿ ਹਾਲਾਂਕਿ ਉਹ ਕਾਫੀ ਮੱਕੀਆਂ ਕਿਤੇ ਕਿਤੇ 1.5 ਮਹੀਨੇ ਦੀਆਂ ਵੀ ਹੋ ਗਈਆਂ ਵਾ 2 ਮਹੀਨੇ ਦੀਆਂ ਵੀ ਹੋ ਗਏ ਮੱਕੀਆਂ ਜਿਹੜੀਆਂ ਗੇਤੀਆਂ ਲੱਗੀਆਂ ਸੀ ਲੇਕਿਨ ਦੋਸਤਾਂ ਨੇ ਸਾਨੂੰ ਸਵਾਲ ਕੀਤਾ ਵਾ ਅਸੀਂ ਇਸ ਤੋਂ ਇਹ ਵੀਡੀਓ ਮੱਕੀ ਦੇ ਉੱਤੇ ਬਣਾ ਰਹੇ ਹਾਂ ਕਿ ਮੱਕੀ ਨੂੰ ਪਹਿਲਾ ਸਪਰੇ ਕਿਹੜਾ ਕਰਨਾ ਚਾਹੀਦਾ ਕਿਉਂਕਿ ਇਹ ਮਾਰਚ ਦਾ ਮਹੀਨਾ ਜਾ ਰਿਹਾ ਵਾ ਕਾਫੀ ਦੋਸਤ ਜਿਹੜੇ ਆ ਅੱਜ ਉਹਨਾਂ ਨੇ ਮੱਕੀ ਨੂੰ ਪਹਿਲਾਂ ਸਪਰੇਅ ਕਰਦਾ ਵਾ ਤੇ ਉਹਨਾਂ ਨੇ ਮੇਰੇ ਅੱਗੇ ਰਿਕੁਐਸਟ ਏ ਆ ਕਿ ਤੁਸੀਂ ਮੱਕੀ ਨੂੰ ਪਹਿਲਾਂ ਸਪਰੇਅ ਜਿਹੜਾ ਵਾ ਬਾਈਫੈਂਤਰਨ ਔਰ ਲਿਉਫਰਾਨ ਇਹ ਮਿਕਸ ਕਰਕੇ ਤੁਸੀਂ ਨੂੰ 4 ਏਕੜ ਤੇ ਸਪਰੇਅ ਕਰੋ ਕਿਉਂਕਿ ਫਿਲਹਾਲ ਅੱਜ ਮਸੂਬਾ ਵੀ ਕਾਫੀ ਵਿਜ਼ਿਟ ਕੀਤਾ ਮੱਕੀ ਦਾ ਇੱਕ ਦੋ ਜਗ੍ਹਾ ਲੇਕਿਨ ਫਿਲਹਾਲ ਮੱਕੀ ਨੂੰ ਜਿਹੜੀ ਆ ਕੋਈ ਸੰਡੀ ਨਹੀਂ ਆਈ ਕਿਉਂਕਿ ਇੰਨਾ ਦਿਨਾਂ ਵਿੱਚ ਸ਼ੂਟ ਫ्लाई ਦਾ ਬਹੁਤ ਜ਼ਿਆਦਾ ਅਟੈਕ ਆ ਰਿਹਾ ਮੱਕੀ ਨੂੰ ਤੁਸੀਂ ਆਪਣੀ ਕਾਸ਼ਤਕਾਰਾਂ ਨੂੰ ਇਹ ਮੈਂ ਦੱਸਦਾ ਕਿ ਤੁਸੀਂ ਆਪਣੀ ਮੱਕੀ ਦਾ ਵਿਜ਼ਿਟ ਕਰੋ ਔਰ ਮੱਕੀ ਦੇ ਜਿਹੜੇ ਪੱਤੇ ਬਿਲਕੁਲ ਇੰਜ ਮੁੜੇ ਜੇ ਹੁੰਦੇ ਆ, ਕੁਰੁੰਡੇ ਜੇ ਜਾਂਦੇ ਆ, ਜਿਵੇਂ ਮੋਛ ਨੂੰ ਵਟ ਬੰਦਾ ਦਿੰਦਾ ਵਾ, ਇਸ ਤਰ੍ਹਾਂ ਦੇ ਵਟ ਜੇ ਚੜਦੇ ਆ, ਉਹਦੇ ਵਾਸਤੇ ਸਭ ਤੋਂ ਅੱਛਾ ਜਿਹੜਾ ਪ੍ਰੋਡਕਟ ਤੁਸੀਂ ਬਾਇਫੈਂਥਰੀਨ ਲੈ ਲਓ, ਕਿਚੀਚੀ ਕੰਪਨੀ ਦਾ ਨਾਲ ਲਿਓ ਫਰੰਟ ਲੀਟਰ ਲੈ ਲਓ। ਦੂਸਰਾ ਆਪਸ਼ਨ ਹੈ ਮੈਂ ਸਾਹਮਣੇ ਦਿਖਾ ਰਿਹਾ ਟਾਡੇ ਕੋ ਸਾਡੇ ਕੋ ਰੱਖ ਰਤਾ ਫਸਾਣ ਗਰੋ ਦਾ ਇਦੇ ਵਿੱਚ ਜਿਹੜੀ ਬਾਇਫੈਂਤਰੀਨਾ 10% ਦਾ ਉਹ ਦੂਸਰੀ ਜਿਹੜੀ ਸਾਡੇ ਕੋਲ ਪ੍ਰੋਡਕਟ ਆ ਇਹ 100 ਦੇ ਨਾਮ ਇਹਦੇ ਵਿੱਚ ਜਿਹੜਾ ਲਿਊਫਰਾਨ 10% ਦਾ ਇਹ ਤਕਰੀਬਨ ਜਿਹੜੀ ਬਾਇਫੈਂ ਰਾਕਰ ਇਹਦਾ ਨਾਮ ਜਿਹੜਾ ਬ੍ਰਾਂਡ ਨਾਮ ਰਾਕਰ ਉਹਦਾ ਨਾਮ 100ੜਾ ਤੁਸੀਂ ਰਾਕਰ ਲੀਟਰ ਦੀਆਂ ਇੱਕ ਰਾਕਰ ਲੀਟਰ ਲੈ ਲਓ ਅਗਰ 4 ਏਕੜ ਤੋਂ ਜ਼ਿਆਦਾ ਆ 500 ਐਮਐਲ ਪੈਕਿੰਗ ਹੈ ਦੂ ਏਕੜਾਂ ਦੇ ਹੁੰਦੀ ਹੈ ਜਿਹੜੀ 100 ਹੈ 200 ਐਮਐਲ ਦੂ ਕਿੱਲਿਆਂ 'ਚ ਹੁੰਦੀ ਹੈ ਮਿਸਾਲ ਦੇ ਤੌਰ ਅਗਰ ਤੁਹਾਡੇ 2 ਏਕੜ ਰਾਕਰ 500 ml ਔਰ 100 200 ml ਇਹਨੂੰ ਮਿਕਸ ਕਰੋ 10 ਟੈਂਕੀਆਂ ਬਣਾ ਕੇ ਸਪਰੇਅ ਕਰੋ ਉਹ ਤੁਹਾਡਾ ਇਹਦੇ ਬਾਅਦ ਤੇ ਜਿਹੜਾ ਨਾ ਸ਼ੂਟ ਫਲਾਈ ਉੱਤੇ ਬੜਾ ਜ਼ਬਰਦਸਤ ਰਿਜ਼ਲਟ ਹੈ ਇਹਦੇ ਨਾਲ ਤੁਹਾਡੀ ਮੱਕੀ ਦਾ ਰੰਗ ਵੀ ਕਾਲਾ ਸ਼ਾਹ ਹੋਏਗਾ ਉਹ ਗਰੋਥ ਹਾਰਮੂਲੇਸ਼ਨ ਵਾਸਤੇ ਵੀ ਇਹ ਬਿਹਤਰੀਨ ਹੈ ਦੂਸਰਾ ਆਪਸ਼ਨ ਤੁਸੀਂ ਕਿਸੇ ਵੀ ਅੱਛੀ ਕੰਪਨੀ ਦਾ ਮੈਂ ਕਹਿ ਰਿਹਾ ਹਾਂ ਬਾਰ ਬਾਰ ਕੇ ਬਾਇਫੈਨ 3 ਲੀਟਰ ਦੇ ਉਹਦਾ ਨਾਮ ਕਿ ਨਾਲ ਲਿਉਫਰਨ ਲੀਟਰ ਹੈ ਤੁਸੀਂ ਇਹਨੂੰ ਤਾਲ ਸਟਾਰ ਲੇਕਿਨ ਇਹਦੇ ਵਿੱਚ ਤੁਸੀਂ ਜਿਹੜੀਆਂ ਲਿਉਫਰਨ ਲਾਜ਼ਮੀ ਮਿਕਸ ਕਰੋ ਜਿਹੜਾ ਪਹਿਲਾ ਸਪਰੇਅ ਗੰਨਾ ਵਾ ਕਈ ਅਕਸਰ ਬੰਦੇ ਇਕੱਲੇ ਬਾਇਫੈਂਥਰੀ ਮਾਰਦੇ ਲੇਕਿਨ ਮੇਰਾ ਸਮਝੋਗੇ 8-10 ਸਾਲਾਂ ਦਾ ਐਕਸਪੀਰੀਅੰਸ ਠੀਕ ਹੈ ਔਰ ਮਾ ਤਜਰਬੇ ਦੇ ਹਵਾਲੇ ਨਾਲ ਗੱਲ ਕਰਦਾ ਵਾਂ ਐਵੇਂ ਬੌਂਕੀਆਂ ਨਹੀਂ ਮੈਂ ਮਾਰਦਾ ਜਿਹੜੀਆਂ ਗੱਲਾਂ 'ਚ ਮੈਨੂੰ ਐਕਸਪੀਰੀਅੰਸ ਆ ਉਹੀ ਆਪਣੇ ਵਿਊਰ ਦੇ ਸਾਹਮਣੇ ਮੈਂ ਗੱਲ ਰੱਖਦਾ ਤੇ ਤੁਸੀਂ ਬਾਇਗਿਆਂ ਦੂਸਰਾ ਆਪਸ਼ਨ ਸਭ ਤੋਂ ਅੱਛਾ ਜਿਹੜਾ ਆਪਣਾ ਸ਼ੂਟ ਫਲਾਈ ਵਾਸਤੇ ਆ ਉਹ ਤੁਸੀਂ ਕਰੋ ਪੋਲਟਰਨਸੀ ਜਿਹੜਾ ਪੋਲਟਰਨਸੀ ਹੈ ਤੁਸੀਂ ਸੈਂਡਾ ਕੰਪਨੀ ਦਾ ਉਹ 5 ਏਕੜ ਤੇ ਕਰਨਾਮ ਕਿਉਂਕਿ ਹਰ ਇਨਸਾਨ ਦੀ ਜਿਹੜੀ ਆਪਣੀ ਆਪਣੀ ਰਾਏ ਹੁੰਦੀ ਹੈ ਇਹਦੇ ਤੋਂ ਲਾਭ ਵੀ ਤੁਸੀਂ ਕਾਫੀ ਵੀਡੀਓ ਦੇਖੀਆਂ ਹੋਣੀਆਂ ਵਾ ਲੇਕਿਨ ਜਿਹੜੀ ਮੌਜੂਦਾ ਸੂਰਤ ਹਾਲ ਫਿਲਹਾਲ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਹਾਂ ਕਿ ਸੁੰਡੀ ਦਾ ਕੋਈ ਅਟੈਕ ਨਹੀਂ ਹੈ ਫਿਲਹਾਲ ਸ਼ੂਟ ਫਲਾਈ ਦਾ ਅਟੈਕ ਹੈ ਕਿਉਂਕਿ ਮੌਸਮ ਚੇਂਜ ਹੋ ਰਿਹਾ ਵਾ ਇਸ ਮੌਸਮ ਦੇ ਵਿੱਚ ਜਿਹੜਾ ਨਾ ਮੱਕੀ ਨੂੰ ਜ਼ਿਆਦਾਤਰ ਜਿਹੜਾ ਅਟੈਕ ਹੈ ਨਾ ਉਹ ਫਿਲਹਾਲ ਆ ਰਿਹਾ ਵਾ ਆਪਣਾ ਸ਼ੂਟ ਫਲਾਈ ਦਾ ਤੇ ਇਹ ਜਿਹੜੇ ਪ੍ਰੋਡਕਟ ਤੁਹਾਨੂੰ ਦੱਸੇ ਆ ਇਹ ਕਰੋ ਇਹਦੇ ਨਾਲ ਇਨਸ਼ਾ ਅੱਲਾਹ ਤਾਲਾ ਉਹ ਤੁਸੀਂ ਕਰੋਗੇ ਇੱਕ ਦਫਾ ਮੇਰੀ ਗੱਲ ਮੰਨੋਗੇ ਔਰ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਰਿਜ਼ਲਟ ਖੁਦ ਬਖੁਦ ਮਿਲੇਗਾ ਉਹ ਜਿੰਨੇ ਮੇਰੇ ਵਿਊਅਰ ਆ ਉਨ੍ਹਾਂ ਵਿੱਚੋਂ ਕੋਈ ਵੀ ਬੰਦਾ ਇਹ ਕੰਮ ਕਰੇ ਖੁਦ ਮੈਨੂੰ ਮੈਸੇਜ ਕਰੇਗਾ ਕਿ ਭਾਈ ਮੈਂ ਪਹਿਲਾ ਸਪਰੇਅ ਇਹ ਕੀਤਾ ਵਾ ਮੈਨੂੰ ਆਹ ਰਿਜ਼ਲਟ ਮਿਲੇਆ ਠੀਕ ਹੈ ਨਾ ਔਰ ਇਨਸ਼ਾਅੱਲਾਹੁ ਤਾਲਾ ਤੇ ਐਸੀ ਜਿਹੜੀ ਹੈ ਤੁਹਾਡੇ ਨਾਲ ਮਸਲਾ ਆ ਰਿਹਾ ਵਾ ਮੱਕੀ ਨੂੰ ਜ਼ਿਆਦਾਤਰ ਉਹ ਹੀ ਤੁਹਾਡੇ ਸਾਹਮਣੇ ਗੱਲਾਂ ਰੱਖੀਆਂ ਵਾ ਸ਼ੁਕਰੀਆ ਅੱਲਾਹ ਹਾਫਿਜ਼ ਅੱਲਾਹ ਤੁਹਾਡਾ ਸਾਰਿਆਂ ਦਾ ਹਾਮੀਓ ਨਾਸੀਰ ਔਰ ਇੱਥੇ ਇੱਕ ਮੈਂ ਗੱਲ ਹੋਰ ਐਡ ਕਰਨਾ ਚਾਹ ਰਿਹਾ ਵਾਂ ਕਿ ਉਹਦਾ ਨਾਂ ਕੀ ਹੈ ਬਾਰਿਸ਼ ਦਾ ਮੌਸਮ ਅੱਜ ਤਕਰੀਬਨ 28 ਮਾਰਚ ਬਰੋਜ਼ ਜੋ ਮੇਰਾ 2024 ਉਗਣਾ ਕਾ ਜਿਹੜੀਆਂ ਆਖਰੀ ਮਰਾਹਲ ਚ ਅੱਲਾਹ ਤਾਲਾ ਆਪਣੀ ਰਹਿਮਤ ਦੀ ਬਾਰਿਸ਼ ਕਰੇ ਕਿਉਂਕਿ ਇੱਕ ਕੁਦਰਤ ਦਾ ਨਿਜ਼ਾਮ ਔਰ ਕਾਸ਼ਤਕਾਰਾਂ ਨੂੰ ਜਿੰਨੇ ਵੀ ਗੰਧਮ ਦੇ ਆ ਉਹਨਾਂ ਨੂੰ ਮੇਰਾ ਇਹ ਸਵਾਲ ਆ ਪਰੇਸ਼ਾਨ ਨਹੀਂ ਹੁਣ ਕਿਉਂਕਿ ਪਿਛਲੀ ਦਫਾ ਵੀ ਇਹ ਸੂਰਤ ਹਾਲੀ ਲੇਕਿਨ ਅੱਲਾਹ ਤਾਲਾ ਨੇ ਆਪਣੀ ਇੰਨੀ ਰਹਿਮਤ ਕੀਤੀ ਆਪਣਾ ਇਨਾ ਫਜ਼ਲ ਕੀਤਾ ਕਰਮ ਕੀਤਾ ਕਣਕ ਦੀ ਪੈਦਾਵਾਰ ਪਿਛਲੀ ਦਫਾ ਬਹੁਤ ਅੱਛੀ ਜ਼ਬਰਦਸਤ ਆਈ ਜਿਹੜੇ ਲੋਗ 30 ਮਣ ਲੈਂਦੇ ਸੀ ਕਿੱਲਾ ਉਹਨਾਂ ਨੇ 40 45 ਤੋਂ 50 ਮਣ ਵੀ ਚੱਕੀ ਆ ਉਹ ਜਿਹੜੇ 50 ਮਣ ਲੈਂਦੇ ਉਹਨਾਂ ਨੇ 65 60 65 ਮਣ ਤੱਕ ਵੀ ਗਏ ਘਬਰਾਉਣਾ ਨਹੀਂ ਇਹ ਅੱਲਾ ਦਾ ਨਿਜ਼ਾਮ ਕਿਉਂਕਿ ਉਹਨ ਕੁੱਲ ਕਾਇਨਾਤ ਦਾ ਸੋਚਣਾ ਇਹ ਅਗਰ ਅੱਲਾ ਤਾਲਾ ਦੀ ਰਹਿਮਤ ਹੁੰਦੀ ਆ ਕੋਈ ਨਾ ਕੋਈ ਉਹਦੀ ਬਿਹਤਰੀ ਆ ਸ਼ੁਕਰੀਆ ਅੱਲਾ ਹਾਫਿਜ਼